ਮੇਰੇ ਪਿੰਡ ਤੋਂ? ਅੱਛਾ, ਕਿੰਨਾ ਦੀ ਕੁੜੀਆਂ ਭਾਈ? ਅੱਛਾ ਅੱਛਾ, ਮੈਨੂੰ ਪਤਾ, ਮੈਨੂੰ ਪਤਾ ਤੁਹਾਡੇ ਪਰਿਵਾਰ ਦੇ ਨਾ, ਮੈਨੂੰ ਤੁਹਾਡਾ ਬ੍ਰਦਰ ਵੀ ਮਿਲਿਆ ਸੀ। ਉਹ ਤਾਂ ਚੱਲ ਠੀਕ ਹੈ, ਕਿਤੇ ਹੁਣ ਆਪਾਂ ਆਪਣੇ ਪਿੰਡ ਵਾਲੇ ਬਾਹਲੇ ਜ਼ਿਆਦਾ ਆਈ ਜਾਂਦੇ ਨੇ, ਕਿਤੇ ਸ਼ੱਕ ਨਾ ਕਰਨ ਲੱਗ ਜਾਣਾ। ਸ਼ੱਕ ਨਾ ਕਰਨ ਲੱਗ ਜਾਣਾ ਵੀ ਤੂੰ ਬੋਲੀ ਨਾ, ਕਿਸੇ ਨੂੰ ਕੋਈ ਸਿਫਾਰਿਸ਼ ਤਾਂ ਲਾਉਣੀ ਪਈ, ਬੇਬੇ ਵੀ ਪਿੰਡ ਰਹਿੰਦੀ ਹੈ। ਅੱਛਾ, ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ, ਕਿਉਂਕਿ ਸਾਰੇ ਬੱਚੇ ਵੀ ਇੱਥੇ ਬੈਠੇ ਨੇ, ਸਭ ਨੂੰ ਪਤਾ ਵੀ ਸਾਰੇ ਅੱਗੇ ਵੀ ਮਿਹਨਤ ਕਰਕੇ ਇੱਥੇ ਆਏ ਤੇ ਸਾਰਾ ਕੰਮ ਮਤਲਬ ਵੀ ਸੱਦੇ ਵੀ। ਤੁਸੀਂ ਦੇਖ ਲਓ ਜੀ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਪਿੰਡ ਦੀ ਕੁੜੀ ਅੱਜ ਜਿਹੜੀ ਉਹ ਸਿਲੈਕਟ ਹੋ ਰਹੀ ਹੈ, ਨਹੀਂ ਤਾਂ ਪਿੰਡ ਵਾਲਿਆਂ ਨੂੰ ਜਾਂ ਲਾ ਲਓ ਵੀ ਰਿਸ਼ਤੇਦਾਰਾਂ ਨੂੰ ਹੀ ਉਹ ਕਿਸੇ ਕਾਬਲੀਅਤ ਵਾਲੇ ਬੰਦੇ ਨੂੰ ਛੱਡ ਕੇ ਉਹਨਾਂ ਨੂੰ ਉੱਪਰ ਕਰ ਲਿਆ ਜਾਂਦਾ ਸੀ। ਸੋ ਖੁਸ਼ੀ ਹੈ ਕਿ ਆਪਣੀ ਮਿਹਨਤ ਦੇ ਨਾਲ ਬੱਚੇ ਤੁਸੀਂ ਕਾਮਯਾਬੀ ਹੋ। ਗੁੱਡ ਲੱਕ, ਗੁੱਡ ਲੱਕ। ਮੇਰੇ ਪਿੰਡ ਤੋਂ? ਅੱਛਾ, ਕਿੰਨਾ ਦੀ ਕੁੜੀਆਂ ਭਾਈ? ਅੱਛਾ ਅੱਛਾ, ਮੈਨੂੰ ਪਤਾ, ਮੈਨੂੰ ਪਤਾ ਤੁਹਾਡੇ ਪਰਿਵਾਰ ਦੇ ਨਾ, ਮੈਨੂੰ ਤੁਹਾਡਾ ਬ੍ਰਦਰ ਵੀ ਮਿਲਿਆ ਸੀ। ਨਹੀਂ ਜੀ, ਉਹ ਮੇਰੇ ਹਸਬੈਂਡ ਸੀ ਤੇ ਮੇਰੇ ਹਸਬੈਂਡ ਤੇ ਮੇਰੀ ਮਕਾਨ ਨੂੰ ਪਿਛਲੇ ਸਾਲ ਜੋਬ ਮਿਲੀ ਹੈ ਜੀ। ਉਹਨਾਂ ਤੋਂ ਇਨਸਪਾਇਰ ਹੋ ਕੇ ਉਹਨਾਂ ਨੇ ਕਿਹਾ ਜੀ ਤੂੰ ਵੀ ਟਰਾਈ ਕਰ ਵੀ ਸਰਕਾਰ ਜਦੋਂ ਲਗਾਤਾਰ ਪੋਸਟਾਂ ਕੱਢ ਰਹੀ ਹੈ ਤਦ ਵੀ ਕਰਨਾ ਚਾਹੀਦਾ ਤੇ ਸਰ ਸਾਲ ਦੇ ਵਿੱਚ ਵਿੱਚ ਮਿਹਨਤ ਕਰਕੇ ਫਿਰ ਮਿਹਨਤ ਨੂੰ ਫਲ ਸਰ ਛੋਟੀ ਵਜ੍ਹਾ ਕਰਕੇ ਲੱਗਿਆ, ਕਿਉਂਕਿ ਜੇ ਤੁਸੀਂ ਕੰਟੀਨਿਊ ਪੋਸਟਾਂ ਲੱਗੀਆਂ ਤਾਂ ਕਰਕੇ ਮਤਲਬ ਕਿ ਬੱਚਿਆਂ ਨੂੰ ਕੰਟੀਨਿਊ ਮੌਕੇ ਮਿਲੇ ਤੇ ਮੈਨੂੰ ਵੀ ਜੋਬ ਮਿਲੀ ਸਰ ਸਾਲ ਦੇ ਵਿੱਚ। ਉਹ ਤਾਂ ਚੱਲ ਠੀਕ ਹੈ, ਕਿਤੇ ਹੁਣ ਆਪਾਂ ਆਪਣੇ ਪਿੰਡ ਵਾਲੇ ਬਾਹਲੇ ਜ਼ਿਆਦਾ ਆਈ ਜਾਂਦੇ ਨੇ, ਕਿਤੇ ਸ਼ੱਕ ਨਾ ਕਰਨ ਲੱਗ ਜਾਣਾ। ਸ਼ੱਕ ਨਾ ਕਰਨ ਲੱਗ ਜਾਣਾ ਵੀ ਤੂੰ ਬੋਲੀ ਨਾ, ਕਿਸੇ ਨੂੰ ਕੋਈ ਸਿਫਾਰਿਸ਼ ਤਾਂ ਨਹੀਂ ਲਾਉਣੀ ਪਈ, ਬੇਬੇ ਵੀ ਪਿੰਡ ਰਹਿੰਦੀ ਹੈ। ਅੱਛਾ, ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ, ਕਿਉਂਕਿ ਸਾਰੇ ਬੱਚੇ ਵੀ ਇੱਥੇ ਬੈਠੇ ਨੇ, ਸਭ ਨੂੰ ਪਤਾ ਵੀ ਸਾਰੇ ਅੱਗੇ ਵੀ ਮਿਹਨਤ ਕਰਕੇ ਇੱਥੇ ਆਏ ਤੇ ਸਾਰਾ ਕੰਮ ਮਤਲਬ ਵੀ ਸੱਦੇ ਵੀ। ਤੁਸੀਂ ਦੇਖ ਲਓ ਜੀ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਪਿੰਡ ਦੀ ਕੁੜੀ ਅੱਜ ਜਿਹੜੀ ਉਹ ਸਿਲੈਕਟ ਹੋ ਰਹੀ ਹੈ, ਨਹੀਂ ਤਾਂ ਪਿੰਡ ਵਾਲਿਆਂ ਨੂੰ ਜਾਂ ਲਾ ਲਓ ਵੀ ਰਿਸ਼ਤੇਦਾਰਾਂ ਨੂੰ ਹੀ ਉਹ ਕਿਸੇ ਕਾਬਲੀਅਤ ਵਾਲੇ ਬੰਦੇ ਨੂੰ ਛੱਡ ਕੇ ਉਹਨਾਂ ਨੂੰ ਉੱਪਰ ਕਰ ਲਿਆ ਜਾਂਦਾ ਸੀ। ਸੋ ਖੁਸ਼ੀ ਹੈ ਕਿ ਆਪਣੀ ਮਿਹਨਤ ਦੇ ਨਾਲ ਬੱਚੇ ਤੁਸੀਂ ਕਾਮਯਾਬੀ ਹੋ। ਗੁੱਡ ਲੱਕ, ਗੁੱਡ ਲੱਕ।